You're watching Real Estate Advice with Team Raj Jaggi. I'm your host, Harkirat Singh Ahluwalia. ਸਾਰਿਆਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਐਵਰੀ ਫਰਾਈਡੇ ਵੀ ਆਲਵੇਸ ਕਮ ਵਿਦ ਦੀ ਅਪਡੇਟਸ ਐਂਡ ਦ ਥਿੰਗਸ ਵਿਚ ਆਰ ਹੈਪਨਿੰਗ ਹੇਅਰ ਇਨ ਲੋਂਗ ਆਈਲੈਂਡ ਐਂਡ ਵੈਨ ਇਟ ਕਮਸ ਟੂ ਰੀਅਲ ਇਸਟੇਟ ਬਿਜ਼ਨਸ ਟੀਮ ਰਾਜ ਜੱਗੀ ਵਟ ਦੇ ਆਰ ਡੂਇੰਗ ਐਂਡ ਵਟ ਆਰ ਦਾ ਕਰੰਟ ਅਫੇਅਰਸ ਗੋਇੰਗ ਔਨ ਹੇਅਰ ਇਨ ਲੋਂਗ ਆਈਲੈਂਡ ਹੇਅਰ ਇਨ ਨਿਊਯੋਰਕ ਐਂਡ ਹਾਓ ਟੀਮ ਰਾਜ ਜੱਗੀ ਇਜ਼ ਗਰੋਇੰਗ ਐਂਡ ਹਾਓ ਦੇ ਆਰ ਚੇਂਜਿੰਗ ਲਾਈਫ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਕਿਵੇਂ ਇਹਨਾਂ ਦੀ ਜਿਹੜੀ ਟੀਮ ਹੈ ਉਹ ਹਾਇਰ ਵੀ ਕਰ ਰਹੀ ਹੈ ਔਰ ਕਿਵੇਂ ਉਹ ਗਰੋ ਵੀ ਹੋ ਰਹੀ ਹੈ ਤੁਸੀਂ ਵੇਖ ਰਹੇ ਹੋ ਕਿ ਜਿਹੜੀ ਟੀਮ ਰਾਜ ਜੱਗੀ ਅਸੀਂ ਹਰ ਵੀਕ ਲੈ ਕੇ ਆਉਂਦੇ ਹਾਂ ਇਹ ਟੀਮ ਜਿਹੜੀ ਹੈ ਇਹ ਰਾਜ ਜੱਗੀ ਹੋਰਾਂ ਦੀ ਟੀਮ ਦੇ ਵਿੱਚ ਕੰਮ ਕਰਕੇ ਇਹਨਾਂ ਨੂੰ ਅੱਗੇ ਐਮਪਾਵਰ ਵੀ ਕਰ ਰਹੀ ਹੈ ਔਰ ਇਹਨਾਂ ਨੂੰ ਪ੍ਰੋਗਰੈਸਿਵ ਵੀ ਕਰ ਰਹੀ ਹੈ ਕਿਹਾ ਜਾਂਦਾ ਹੈ ਕਿ ਵੈਨ ਵੀ ਸਟੈਂਡ ਟੂਗੈਦਰ ਵੀ ਆਰ ਆਲਵੇਜ਼ ਦੇਅਰ ਟੂ ਅਚੀਵ ਆਰ ਗੋਲਸ ਆਈ ਥਿੰਕ ਇਹ ਐਗਜ਼ਾਮਪਲ ਜਿਹੜਾ ਹੈਗਾ ਟੀਮ ਰਾਜ ਜੱਗੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਦੇ ਆਲ ਆਰ ਸਟੈਂਡਿੰਗ ਟੂਗੈਦਰ ਟੂ ਅਚੀਵ ਦੇਅਰ ਗੋਲਸ ਇਹਨਾਂ ਦੇ ਗੋਲਸ ਕੀ ਨੇ ਵੀ ਆਲਸੋ ਨੋ ਦੈਟ ਐਂਡ ਆਲਸੋ ਔਨ ਟੋਪ ਆਫ ਦੈਟ ਆਈ ਵਾਂਟ ਟੂ ਕਨਵੇ ਵਨ ਮੈਸੇਜ ਕਿ ਜਦ ਅਸੀਂ ਹਮੇਸ਼ਾ ਇਸ ਪ੍ਰੋਗਰਾਮ ਦੇ ਤਹਿਤ ਕਹਿੰਦੇ ਹਾਂ ਕਿ ਆਲ ਦੀ ਕੰਪਨੀਜ਼ ਆਰ ਫਾਇਰਿੰਗ ਐਂਡ ਟੀਮ ਰਾਜ ਜੱਗੀ ਇਜ਼ ਹਾਇਰਿੰਗ ਵਿਲ ਆਲਸੋ ਟੈਲ ਯੂ ਕਿ ਕਿਵੇਂ ਤੁਸੀਂ ਇਸ ਟੀਮ ਦਾ ਹਿੱਸਾ ਵੀ ਬਣ ਸਕਦੇ ਹੋ ਅੱਜ ਜਿਹੜੇ ਇੱਥੇ ਟੀਮ ਮੈਂਬਰਸ ਬੈਠੇ ਨੇ ਇੱਕ ਇੱਕ ਟੀਮ ਮੈਂਬਰਸ ਬੈਠੇ ਨੇ ਇਹ ਕੁਝ ਹੋਰ ਕਰਦੇ ਸੀਗੇ ਪਹਿਲਾਂ ਇਹਨਾਂ ਦੀ ਲਾਈਫ ਕਿਵੇਂ ਟੀਮ ਰਾਜ ਜੱਗੀ ਦੇ ਵਿੱਚ ਆ ਕੇ ਚੇਂਜ ਹੋਈ ਰਾਜ ਜੱਗੀ ਜੀ ਨੇ ਇਹਨਾਂ ਨੂੰ ਕੀ ਗਾਈਡੈਂਸ ਦਿੱਤੀ ਉਹ ਕਿਹਾ ਜਾਂਦਾ ਕਿ ਕਿਹੜਾ ਘੁੱਟ ਪਿਲਾਇਆ ਕਿ ਜਿਹੜਾ ਬੰਦੇ ਦੀ ਲਾਈਫ ਜਿਹੜੀ ਆ ਉਹ ਇੱਕਦਮ ਚੇਂਜ ਹੋ ਗਈ ਇਹ ਜਦ ਇਸ ਕੰਟਰੀ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਕਿਸੇ ਨੇ ਘੁੱਟ ਪਿਲਾਇਆ ਸੀਗਾ ਅੱਜ ਇਹ ਗਿਵਿੰਗ ਬੈਕ ਟੂ ਦਾ ਕਮਿਊਨਿਟੀ ਵਾਲੀ ਸਪਿਰਿਟ ਆਪਣੇ ਜ਼ਹਿਨ ਦੇ ਵਿੱਚ ਰੱਖ ਕੇ ਹੀ ਇਜ਼ ਮੇਕਿੰਗ ਹਿਸ ਟੀਮ ਮੋਰ ਐਮਪਾਵਰਡ ਮੋਰ ਪ੍ਰੋਗਰੈਸਿਵ ਐਂਡ ਦੈਟਸ ਵਾਈ ਦੇ ਆਰ ਸੇਇੰਗ ਵੀ ਆਰ ਤਾਂ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਹੈ ਨੰਬਰ ਵਨ ਟੀਮ ਜਿਹੜੀ ਹੈ ਅੱਜ ਲੋਂਗ ਆਈਲੈਂਡ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਏਗੀ ਲੈਟਸ ਸਟਾਰਟ ਦਿਸ ਪ੍ਰੋਗਰਾਮ ਵਿਦ ਵਨ ਐਂਡ ਓਨਲੀ ਰਾਜ ਜੱਗੀ ਅਸੀਂ ਇਹ ਜਿਹੜੀ ਮੀਟਿੰਗ ਕਰਦੇ ਹਾਂ ਐਵਰੀ ਟਿਊਜ਼ਡੇ ਫਸਟ ਵੀਕ ਆਫ ਮੰਥ ਤੋਂ ਅਸੀਂ ਆਪਣੀ ਪ੍ਰੋਡਕਸ਼ਨ ਕਰਦੇ ਹਾਂ ਵਾਈ ਵੀ ਆਰ ਡੂਇੰਗ ਦਿਸ ਪ੍ਰੋਡਕਸ਼ਨ ਵੀ ਵਾਂਟ ਟੂ ਟੈਲ ਟੀਮ ਵਿਦ ਦਾ ਗ੍ਰੇਸ ਆਫ ਗੋਡ ਵਿਦ ਦਾ ਦੇਅਰ ਡੈਡੀਕੇਸ਼ਨ ਹਾਊ ਵੀ ਆਰ ਗਰੋਇੰਗ ਸੋ ਆਈ ਜਸਟ ਬਿਫੋਰ ਆਈ ਸਟਾਰਟ ਵਿਦ ਆਈ ਵਾਂਟ ਟੂ ਗੋ ਵਿਦ ਦਾ ਪੀਪਲ ਲਾਈਕ ਯੂ ਨੋ ਇਸ ਮਹੀਨੇ ਦੀ ਸਾਡੀ ਪ੍ਰੋਡਕਸ਼ਨ ਕੀ ਹੈਗੀ ਹੈ ਸੋ ਸਾਡਾ ਗੋਲ ਤੁਸੀਂ ਦੇਖ ਰਹੇ ਹੋ 300 ਡੀਲਸ ਅਸੀਂ ਇਸ ਸਾਲ 'ਚ ਕਰਨੀਆਂ ਹੈਗੀਆਂ ਨੇ ਇਹ ਸਾਡਾ ਗੋਲ ਹੈਗਾ ਤੋ ਇਸ ਗੋਲ ਦੇ ਵਿੱਚ ਵਾਸਤੇ ਸਾਰੀ ਟੀਮ ਜਿਹੜੀ ਹੈ ਵਚਨਬੰਧ ਹੈਗੀ ਹੈ ਸਾਰੇ ਬੰਦੇ ਰਲ ਕੇ ਕੰਮ ਕਰ ਰਹੇ ਨੇ ਆਈ ਜਸਟ ਵਾਂਟ ਟੂ ਸ਼ੋ ਦੈਮ ਕਿ ਯੂ ਸਪੈਸ਼ਲੀ ਲੋਟ ਆਫ ਏਜੰਟਸ ਆਰ ਵਾਚਿੰਗ ਮਾਈ ਵੀਡੀਓ ਕਿ ਆਈ ਨੈਵਰ ਟੈਲ ਦੈਮ ਨੋਕ ਡੋਰ ਐਮ ਆਈ ਰਾਈਟ ਸੋ ਵਾਈ ਬਿਜ਼ਨਸ ਇਜ਼ ਕਮਿੰਗ ਟੂ ਅਸ ਬਿਕੋਜ਼ ਵੀ ਡੂ ਲੈਗ ਵਰਕ ਫੋਰ ਯੂ ਗਾਇਸ ਸੋ ਸਾਡਾ ਕੰਮ ਹੈ ਕਿ ਵਟ ਐਵਰ ਯੂ ਆਰ ਗੁੱਡ ਐਟ ਡੂ ਦੈਟ ਇਫ ਯੂ ਆਰ ਗੁੱਡ ਐਟ ਸ਼ੋਇੰਗ ਸ਼ੋ ਦੈਟ ਇਫ ਯੂ ਆਰ ਗੁੱਡ ਐਟ ਲਿਸਟਿੰਗ ਗੈਟ ਦ ਲਿਸਟਿੰਗ ਯੂ ਆਰ ਗੁੱਡ ਐਟ ਕਲੋਜ਼ਿੰਗ ਗੈਟ ਕਲੋਜ਼ਿੰਗ ਵੀ ਨੈਵਰ ਫੋਰਸ ਯੂ ਟੂ ਡੂ ਦ ਪ੍ਰੋਬਲਮ ਰੀਅਲ ਸਟੇਟ ਦੇ ਵਿੱਚ ਇਹ ਆਉਂਦੀ ਹੈ ਕਿ ਹਾਓ ਯੂ ਫਾਈਂਡ ਨੈਕਸਟ ਡੀਲ ਸੋ ਸਾਡੇ ਵਿੱਚ ਅਗਰ ਜਿਹੜੇ ਬੰਦੇ ਇੱਥੇ ਆਉਂਦੇ ਨੇ ਸੋ ਵੀ ਆਰ ਗਿਵਿੰਗ ਦੈਮ ਨੈਕਸਟ ਡੀਲ ਇਨ ਦੇਅਰ ਲੈਪ ਇਸ ਡਿਪੈਂਡ ਕਰਦਾ ਉਹ ਹਾਊ ਮਚ ਹੰਗਰੀ ਈਜ਼ ਚੀਜ਼ ਸੋ ਉਹਦੀ ਪ੍ਰੋਡਕਸ਼ਨ ਉਹਦੇ 'ਤੇ ਡਿਪੈਂਡ ਕਰਦੀ ਹੈ ਬਟ ਅਸੀਂ ਆਪਣੇ ਵੱਲੋਂ ਇਹ ਗਰੰਟੀ ਕਰਦੇ ਹਾਂ ਯੂ ਆਰ ਗੈਟਿੰਗ ਟੋਪ ਡਾਲਰ ਯੂ ਆਰ ਗੈਟਿੰਗ ਮੋਰ ਮਨੀ ਦੈਨ ਐਵਰੇਜ ਏਜੰਟ ਸੋ ਮੇਰੇ ਜੋ ਐਵਰੇਜ ਏਜੰਟ ਜੋ ਇੰਡਸਟਰੀ ਦੇ ਸਟੈਂਡਰਡ ਦੇ ਹਿਸਾਬ ਨਾਲ ਮਾਈ ਏਜੰਟ ਮੇਕ ਮੋਰ ਮਨੀ ਲਾਈਕ ਆਲਮੋਸਟ 30-40% ਮੋਰ ਦੈਨ ਐਵਰੇਜ ਏਜੰਟ ਦੈਟਸ ਵਟ ਆਈ ਦੈਟਸ ਮਾਈ ਮੋਟੀਵੇਸ਼ਨ ਐਂਡ ਆਈ ਟ੍ਰੇਨ ਦੈਮ ਹਾਊ ਟੂ ਗੈਟ ਮੋਰ ਮਨੀ ਇਨ ਯੂਅਰ ਪਾਕਿਟ ਐਂਡ ਸੇਮ ਥਿੰਗ ਆਈ ਟ੍ਰੇਨ ਦੈਮ ਹਾਊ ਟੂ ਗੈਟ ਮੋਰ ਮਨੀ ਟੂ ਦਾ ਸੈਲਰ ਸੋ ਵੀ ਹੈਵ ਆਲ ਸਿਸਟਮ ਇਨ ਪਲੇਸ ਇਨ ਦਾ ਆਫਿਸ ਅਕਸਰ ਅਸੀਂ ਕਹਿੰਦੇ ਸੀਗੇ ਕਿ ਯੂਅਰ ਹੋਮ ਸੋਲਡ ਗਰੰਟਿਡ ਅਦਰਵਾਈਜ਼ ਰਾਜ ਜੱਗੀ ਵਿਲ ਬਾਏ ਇਟ ਅੱਜ ਰਾਜ ਜੱਗੀ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਯੂਅਰ ਹੋਮ ਸੋਲਡ ਗਰੰਟਿਡ ਅਦਰਵਾਈਜ਼ ਦਿਸ ਟੀਮ will buy it. Yes, but so we can say that Raj Jaggi ji, they are the thirsty lion and lioness here in Long Island. Those who are looking for you, they are looking to buy your house, they are looking to sell your house. Aa share aur sherniya is team de vich jehda hissa ne eh tuhanu ghar khareedange vi aur tuhanu ghar vechange vi. Ji Raj ji. Okay, so we have a different area. People are joining. Diljit, can you come? What you are doing before? Come here. What you were doing before? She was in medical field, yes. And now you joined Team Raj Jaggi. Yes. What can I ask you? What is the reason why you joined Team Raj Jaggi?
Yeah, because I want to grow. You want to grow. Field. So see, this is a simple mantra. She want to grow. And do you think you have a better opportunity here? Yes, definitely. All right, thank you very much. Eric Walter, yeah. Welcome. Thanks. So Eric, he's my adopted son, I can say. So I can see from your eyes, both of you, actually. Yeah. People think I'm Rahul sometimes, but I don't know. So I have to say for Team Raj Jaggi, and as a father, he can say. Yeah. 6-7 years now. I met Raj at Realty Connect. And since day one, I was very impressed with Raj and his approach to not just real estate, but his whole life philosophy. And I related to him off the rip. I'm very proud of him. I'm very proud to be here. I'm very proud of this team. So, yeah. So we have another agent with us, and he will tell his experience. How are you? I'm good, actually. I was doing in retail business from past 4 years. I started my real estate career with Team Raj Jaggi, and it's really been great experience. I have zero experience of real estate before. So it's a great team, lot of learning, lot of training. I'm really, really doing good with Raj Jaggi. I was in architecture designing business, and I was in 9-to-5 job. Then I met Rahul in the open. He said, why not work with us? And then I grow myself. Architect ਤੋਂ ਜਿਹੜੇ ਨੇ ਹੁਣ ਇਹ ਜਿਹੜੇ ਘਰ ਬਣਾਉਂਦੇ ਨੇ ਉਹਨਾਂ ਤੋਂ ਇਹ ਘਰ ਵੇਚ ਰਹੇ ਨੇ ਹੁਣ ਆਈ ਥਿੰਕ ਇਹ ਲਾਈਫ ਦੇ ਵਿੱਚ ਇਹ ਵੀ ਟ੍ਰਾਂਸਫਾਰਮ ਆਇਆ ਅਤੇ ਤੁਸੀਂ ਹਜੇ ਤੱਕ ਕਿੰਨੇ ਘਰ ਵੇਚ ਚੁੱਕੇ ਹੋ ਔਰ ਕਿਵੇਂ ਤੁਹਾਨੂੰ ਲੀਡਸ ਜਿਹੜੀਆਂ ਜਨਰੇਟ ਕਰਕੇ ਦਿੰਦੇ ਨੇ ਟੀਮ ਰਾਜ ਕਿ ਤੁਹਾਨੂੰ ਲੱਭਣੀਆਂ ਪੈਂਦੀਆਂ ਲੀਡਸ ਕੀ ਟੇਬਲ 'ਤੇ ਆ ਜਾਂਦੀ ਹੈ ਸਾਰਾ ਕੁਝ ਰੈਡੀਮੇਡ ਹੈ ਦ ਥਿੰਕ ਇਜ਼ ਦੈਟ ਐਵਰੀਥਿੰਗ ਵੀ ਗੋਟ ਇਨ ਹਾਊਸ ਐਂਡ ਬਿਕੋਜ਼ ਆਫ ਦੈਟ ਥਿੰਗ ਦੈਟਸ ਵਾਈ ਆਈ ਐਮ ਸੈਲਿੰਗ ਲਾਈਕ ਲਾਸਟ ਈਅਰ ਵੀ ਸੈਲ ਲਾਈਕ 20-22 ਹਾਊਸਿਸ ਆਈ ਸੈਲ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਟਾਈਮ ਜਿਹੜੇ ਤੁਹਾਨੂੰ ਟੀਵੀ 'ਤੇ ਦੇਖ ਰਹੇ ਨੇ ਯੂ ਵਾਂਟ ਟੂ ਗਰੋ ਜੁਆਇਨ ਟੀਮ ਰਾਜ ਜੱਗੀ ਕਿਆ ਬਾਤ ਹੈ ਜੀ ਇਫ ਯੂ ਵਾਂਟ ਟੂ ਗਰੋ ਜੁਆਇਨ ਟੀਮ ਰਾਜ ਜੱਗੀ ਰਾਜ ਜੀ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਲੀਡਸ ਨੇ ਉਹਨਾਂ ਨੂੰ ਟੇਬਲ ਤੇ ਬੈਠ ਕੇ ਸਾਰਿਆਂ ਨੂੰ ਮਿਲਦੀ ਹੈ ਅਸੀਂ ਲੀਡ ਨਹੀਂ ਦਿੰਦੇ ਅਸੀਂ ਅਪਾਇੰਟਮੈਂਟ ਦਿੰਦੇ ਆ ਦੇਅਰ ਇਜ਼ ਅ ਕਨਸੈਪਟ ਲੀਡ ਯੂ ਕੈਨ ਡੂ $300-$400 ਅ ਮੰਥ ਯੂ ਕੈਨ ਗੈਟ ਹੰਡਰਡਸ ਆਫ ਲੀਡ ਵੀ ਫਿਲਟਰ ਦੋਸ ਲੀਡਸ ਵੀ ਗਿਵ ਦੈਮ ਅਪਾਇੰਟਮੈਂਟ ਵੀ ਸੀ ਪੀਪਲ ਆਰ ਰੈਡੀ ਟੂ ਬਾਇ ਸੈਲ ਵੀ ਗਿਵ ਦੈਮ ਸੋ ਹੂਐਵਰ ਇਜ਼ ਗੁੱਡ ਐਟ ਦੈਟ ਸੋ ਯੂ ਦੇ ਕੈਨ ਗੋ ਐਂਡ ਦੇ ਕੈਨ ਬਾਇ ਔਰ ਸੈਲ ਫਰੋਮ ਦੈਮ ਸੋ ਆਈ ਵਾਂਟ ਟੂ ਇੰਟਰੋਡਿਊਸ ਰਚਨਾ ਰਚਨਾ ਕਿਸੇ ਹੋਰ ਬ੍ਰੋਕਰ 'ਚ ਕੰਮ ਕਰਦੀ ਸੀ ਬਿਫੋਰ ਐਂਡ ਸ਼ੀ ਜਸਟ ਜੁਆਇਨ ਮੀ ਐਂਡ ਯੂ ਕੈਨ ਆਸਕ ਯੂ ਨੋ ਸ਼ੀ ਵਾਜ ਵਿਦ ਵਨ ਬ੍ਰੋਕਰ ਟੂ ਬ੍ਰੋਕਰ ਬਿਫੋਰ ਕਮਿੰਗ ਯਾ ਆਈ ਵਾਸ ਜਸਟ ਡੂਇੰਗ ਔਨ ਦ ਸਾਈਡ ਸੋ ਐਕਚੁਅਲੀ ਆਈ ਵਾਸ ਬੇਸਿਕਲੀ ਇਨਟੂ ਫੈਸ਼ਨ ਆਈ ਵਾਸ ਹੈਲਪਿੰਗ ਬ੍ਰਾਈਡਸ ਇਨ ਲੌਂਗ ਆਈਲੈਂਡ ਫੋਰ ਅ ਵੈਰੀ ਲੌਂਗ ਟਾਈਮ ਐਂਡ ਆਈ ਵਾਂਟਡ ਟੂ ਗੈਟ ਇਨਟੂ ਰੀਅਲ ਇਸਟੇਟ ਆਈ ਡਿਡ ਗੈਟ ਇਨਟੂ ਦ ਸਾਈਡ ਪਾਰਟ ਟਾਈਮ ਬਟ ਯੂ ਨੋ ਯੂ ਕੈਨਟ get into a new career without any guarantees but with Mr. Jaggi I'm confident that being in his team I can leave my job behind and I can do it full time because he's giving us all that whatever you know all the exposure and whatever our requirements are and the training he's so motivated and every time I see him I think I can be successful yeah, so I can take that risk with him so now you're doing the same thing so before you used to help the brides now even you're helping brides to get their dream house absolutely that's the goal so to become an expert in this as well and the one thing that I want to say is that a lot of times what happens is that people take you in a team when you're successful he takes you in your team to make you successful That's the difference between TRJ and the others. Tina, come here. So, how's your experience so far? Amazing. What you were doing before? I was in the city. I was in an accounting job, 9-to-5, regular. Was very happy there. And I met him. I bought my house through him. And he's the one who showed a confidence in me. He's like, what are you doing? A job. You should come in real estate. After 5 years, I did listen to him. Sorry for the delay. But I'm super happy. Yeah. This team is amazing. Everyone is great. We have a lot of on-hand support, jo normally mein aapko nahi milta hai. You have to struggle a lot, but here it's at every step, everyone is there to just back you up. So, how long you join me? Not even 6 months. How many deals you have under contract? Six. Six deal in 6 months. And how many listing you have? Two listing in 6 months. Jede bhi bande dekh rahe ne mera message. Same training for everyone. Yes. So why open your third eye? That's what we do every day. We do train every day. 516-548-3020. We are flashing number on the TV screen. Call them right now. And you can also be a part of Team Raj Jaggi. And just make your appointment with one and only Raj Jaggi. Thank you so much. I love your earrings. I love your necklace. I love your smile. Right? And thank you so much. And then we have Mr. Riyaji. How are you?
I'm very good, thank you. ਇਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਟੀਮ ਰਾਜ ਅੱਗੇ ਦੇ ਨਾਲ ਕੰਮ ਕਰਕੇ ਇਹਨਾਂ ਨੂੰ ਪੋਜ਼ਿਟਿਵਿਟੀ ਆਈ। ਹਾਊ ਆਰ ਯੂ ਸਰ ਟੁਡੇ? ਆਮ ਵੈਰੀ ਗੁੱਡ, ਥੈਂਕ ਯੂ। ਮਾਈ ਨੇਮ ਇਜ਼ ਰਿਆਸ ਪਟੇਲ, ਏ ਕੇ ਰੇ ਪਟੇਲ, ਐਂਡ ਆਈ ਨੋ ਰਾਜ ਫੋਰ ਆਲਮੋਸਟ ਲਾਈਕ ਫਿਊ ਈਅਰਸ, ਲਾਈਕ 6-7 ਈਅਰਸ, ਐਂਡ ਆਈ ਜੁਆਇਨ ਦ ਟੀਮ ਲਾਈਕ ਆਲਮੋਸਟ 2 ਈਅਰਸ ਅਗੋ, ਬਟ ਬਿਫੋਰ ਦੈਟ ਆਈ ਵਾਸ ਅ ਮੋਰਗੇਜ ਬ੍ਰੋਕਰ ਫੋਰ 16 ਈਅਰਸ, ਸਕਸੈਸਫੁਲ 16 ਈਅਰਸ ਮੋਰਗੇਜ ਬ੍ਰੋਕਰ, ਵੈਨ ਦ ਮਾਰਕੀਟ ਵੈਂਟ ਡਾਊਨ, ਸੋ ਆਈ ਵਾਸ ਜਸਟ ਵੰਡਰਿੰਗ ਵਾਟ ਸ਼ੁਡ ਆਈ ਡੂ. I met Raj, he showed me some ways, some avenue, and I joined him. And today I feel myself, I'm learn a lot and I'm very successful, and I hoping to be more success like him. I joined him because I saw his success, and it's always better to join a successful person in life, so that, you know, as Raj said, if you want to fly high, make friendship with eagle. Yeah. So, you know, you can watch the eagle and you can fly like eagle. So, thank you, Mr. Patel. So, khush ne sare aaj aur mere naal ne Raj, jo sare nu bana rahe ne baaj. Ek break le ruk rahe hain, break to baad lagatar sada program ise tarike naal jari rahega. Jede hor vi ithe inna di team da hissa ne, oh kime ban rahe ne baaj after this short break. So we are back after this short break, real estate advice with team Raj Jaggi, with Raj Jaggi with us, and ਉਹਨਾਂ ਦੀ ਟੀਮ ਜਿਹੜੀ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ. ਐਂਡ ਹੁਣ ਐਲਾਨ ਹੋਏਗਾ ਇੱਕ ਵੱਡਾ, ਜਿਹਦੇ ਉੱਤੇ ਡਾਲਰਾਂ ਦਾ ਮੀਂਹ ਪਏਗਾ, ਯਾਨੀ ਕਿ ਡਾਲਰ ਇੱਕ ਬੰਦੇ ਦੇ ਉੱਤੇ ਪੈਣਗੇ ਔਰ ਉਹ ਕਹੇਗਾ ਕਿ ਉਹ ਪੈਸਾ ਪੈਸਾ ਕਰਤੀ ਹੈ, ਇਸ ਪੈਸੇ ਪੇ ਕਿਉਂ ਮਰਤੀ ਹੈ. ਉਹ ਗਾਣਾ ਵੀ ਅਸੀਂ ਸੁਣਾਂਗੇ, ਬਟ ਇਹ ਜਿਹੜਾ ਪੈਸਾ ਕਿਸੇ ਦੇ ਉੱਤੇ ਵਾਰਿਆ ਜਾਏਗਾ ਕਿਉਂਕਿ ਉਹ ਏਜੰਟ ਆਫ ਦਾ ਮੰਥ ਬਣਿਆ. ਹਰ ਮਹੀਨੇ ਇਹ ਇੱਕ ਏਜੰਟ ਨੂੰ ਚੁਣਦੇ ਹਨ ਜਿਹਦੇ ਉੱਤੇ ਇਹ ਡਾਲਰਾਂ ਦਾ ਮੀਂਹ ਪੈਂਦਾ. ਜਿਮੀ ਕੁਆਂਗ ਇਹਨਾਂ ਦੇ ਟੀਮ ਮੈਨੇਜਰ, ਉਹ ਮੀਂਹ ਜਿਹੜਾ ਨੇ ਦੱਸਣਗੇ ਕਿਹਦੇ ਉੱਤੇ ਕਰਨਾ. ਰਾਜ ਜੀ, ਕਿਵੇਂ ਹੁੰਦਾ ਸਾਰਾ ਕੰਮ? ਜਿੱਦਾਂ ਇਹ ਇੱਕ ਇਨਕਰੇਜਮੈਂਟ ਵਾਸਤੇ ਹੁੰਦਾ ਹੈ, ਕਿਉਂਕਿ ਸਾਡੇ ਕੋਲ ਰੋਜ਼ ਬੰਦੇ ਆਉਂਦੇ ਨੇ, ਤੋ ਐਵਰੀਬਡੀ ਇਜ਼ ਕਮਿੰਗ ਫਰੋਮ ਡਿਫਰੈਂਟ ਬੈਕਗਰਾਊਂਡ, ਐਂਡ ਐਵਰੀਬਡੀ ਹੂ ਆਰ ਨੋਟ ਸਕਸੈਸ ਇਨ ਅਦਰ ਬ੍ਰੋਕਰੇਜ, ਦੇ ਕਮ ਐਂਡ ਦੇ ਜੁਆਇਨ. ਸੋ ਵੀ ਦਿਸ ਇਜ਼ ਜਸਟ ਇਨਕਰੇਜਮੈਂਟ ਪਾਰਟ ਕਿ ਹਾਓ ਵੀ ਚੇਂਜ ਲਾਈਫਸ. ਜਿੱਦਾਂ ਤੁਸੀਂ ਦੇਖਿਆ ਬੰਦੇ ਡਿਫਰੈਂਟ ਕਾਇੰਡ ਆਫ ਪੀਪਲ ਕਮਿੰਗ ਹੇਅਰ, ਕੋਈ ਬੰਦੇ ਊਬਰ ਚਲਾਉਂਦੇ ਸੀ, ਕੋਈ ਗੈਸ ਸਟੇਸ਼ਨ 'ਤੇ ਕੰਮ ਕਰਦੇ ਸੀ, ਕੋਈ ਫੈਸ਼ਨ ਇੰਡਸਟਰੀ 'ਚ ਕੰਮ ਕਰਦੇ ਸੀ, ਕੋਈ ਮੈਡੀਕਲ ਪ੍ਰੋਫੈਸ਼ਨ 'ਚ ਕੰਮ ਕਰਦੇ ਸੀ, ਕੋਈ ਆਰਕੀਟੈਕਟ ਸੀ. ਸੋ ਐਵਰੀਬਡੀ ਇਜ਼ ਕਮਿੰਗ ਹੇਅਰ, ਸੋ ਵੀ ਹੈਵ ਅ ਬੰਚ ਆਫ ਗੁੱਡ ਪੀਪਲ ਹੇਅਰ, ਸੋ ਵੀ ਵਾਂਟ ਟੂ ਪੁੱਟ ਟੂ ਦ ਬੈਸਟ ਪਰਸਨ. ਵਟ ਇਜ਼ ਬੈਸਟ ਪਰਸਨ? ਹੂ ਇਜ਼ ਆਲਵੇਜ਼ ਦੇਅਰ. ਸੋ ਹੂ ਇਜ਼ ਡਿਡ ਵਨ? ਬਿਕੋਜ਼ ਐਵਰੀਬਡੀ ਇਜ਼ ਅ ਸੁਪਰ ਸਟਾਰ ਇਨ ਮਾਈ ਟੀਮ. I cannot say only one, but in 1 month, someone go here, agla din janda hai, udhar janda hai. Before I start, I want to give monthly production with the, can you turn out monthly production? On top of that, we'll definitely tell that. And mainu Raj ji gal yaad aa rahi, tusi kya ki best person, superstar, sab kuch, main fir baith jana, mere utte vaar deo na sare note, right? ਤੇ ਇਹ ਡ੍ਰੀਮਸ ਦਾ ਸੁਪਰ ਸਟਾਰ ਹੈਗਾ ਸਾਸੀ, ਲੌਂਗ ਆਈਲੈਂਡ ਦੇ ਵਿੱਚ ਜਹਾਂ ਤੂੰ ਰੀਅਲ ਸਟੇਟ 'ਚ ਆ ਜਾਏਗਾ ਫਿਰ ਤੈਨੂੰ ਵੀ ਬਣਾ ਦਾਂਗੇ ਸੁਪਰ ਸਟਾਰ. ਸੋ ਦ ਥਿੰਗ ਇਜ਼ ਦੈਟ ਮੇਰਾ ਕਹਿਣ ਦਾ ਭਾਵ ਇਸ ਕਰਕੇ ਸੀਗਾ ਕਿਉਂਕਿ ਜਦ ਤੁਹਾਨੂੰ ਸੁਪਨੇ ਆ ਰਹੇ ਨੇ ਘਰ ਬੈਠੇ ਬੈਠੇ, ਜਦ ਮੈਨੂੰ ਆ ਰਹੇ ਨੇ ਇਹਨਾਂ ਦੀ ਗੱਲਾਂ ਸੁਣ ਕੇ, ਤਾਂ ਤੁਸੀਂ ਵੀ ਟੀਮ ਦਾ ਹਿੱਸਾ ਬਣ ਸਕਦੇ ਹੋ. ਤੁਹਾਡੀ ਟੀਮ, ਜਦ ਤੁਸੀਂ ਇਸ ਟੀਮ ਦੇ ਵਿੱਚ ਆਓਗੇ, ਤੁਹਾਡੇ ਉੱਤੇ ਵੀ ਡਾਲਰਾਂ ਦੀਆਂ ਬੁਛਾਰ ਹੋਏਗੀ, ਔਰ ਜਦ ਤੁਹਾਡੇ ਉੱਤੇ ਡਾਲਰ ਗਿਰਨਗੇ ਟੀਮ ਦੇ ਅੰਦਰ ਵੀ ਔਰ ਰੀਅਲ ਲਾਈਫ ਦੇ ਵਿੱਚ ਵੀ, ਤਾਂ ਤੁਸੀਂ ਕਹੋਗੇ ਯਾਰ ਮੈਂ 516-548-3020 ਨੰਬਰ ਕਿਉਂ ਨਹੀਂ ਮਿਲਾਇਆ, ਔਰ ਅਜੇ ਤੱਕ ਮੈਂ ਟੀਮ ਰਾਜ ਜੱਗੀ ਦਾ ਹਿੱਸਾ ਕਿਉਂ ਨਹੀਂ ਬਣਿਆ. ਲੈਟਸ ਹੈਵ ਦੀ ਅਨਾਊਂਸਮੈਂਟ. ਅਨਾਊਂਸਮੈਂਟ ਇਜ਼ ਦੈਟ ਦਿਸ ਮੰਥ ਯੂਜਲੀ ਸਾਲ ਦੇ ਵਿੱਚ ਲੋਕਾਂ ਦੀਆਂ 10-15 ਲਿਸਟਿੰਗ ਹੁੰਦੀਆਂ, ਤੋ ਸਾਡੀ ਟੀਮ ਦੇ ਵਿੱਚ ਅੱਜ ਦੀ ਦੇਸ 15 ਬ੍ਰੈਂਡ ਨਿਊ ਲਿਸਟਿੰਗ ਦਿਸ ਮੰਥ. 15 brand new listing. Every other day we are getting a new listing. And 17 houses under contract. And 17 closings. So, and another 23 buyer brokers signed today. So, ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈਗਾ ਕਿ ਸਾਡੀ ਟੀਮ, ਜਿੱਦਾਂ ਅਸੀਂ ਕਹਿੰਦੇ ਟੀਚਰ, ਐਵਰੀ ਡੇ ਵੀ ਹੈਵ ਟੂ ਸੈਲ ਵਨ ਹਾਊਸ, 300 ਇਜ਼ ਨਥਿੰਗ ਫੋਰ ਅਸ. ਆਈ ਟੈਲ ਯੂ, ਦਿਸ ਮੰਥ ਪ੍ਰੋਡਕਸ਼ਨ ਵੀ ਹੈਵ ਆਲਰੇਡੀ 72 ਡੀਲ ਟੁਗੈਦਰ. ਹਾਓ ਪੀਪਲ ਆਰ ਥਿੰਕਿੰਗ ਲਾਈਕ ਯੂ ਨੋ ਵਾਈ ਦਿਸ ਟੀਮ ਇਜ਼ ਨੋਟ ਗਰੋਇੰਗ, ਐਂਡ ਆਈ ਐਮ ਦਾ ਗਾਈ ਆਲਵੇਜ਼ ਟੈਲ ਦੈਮ, ਹੇ ਹਾਊ ਮੈਨੀ ਹਾਊਸਿਸ ਓ ਲਾਸਟ ਮੰਥ, ਵਾਈ ਵਨ? ਆਈ ਐਮ ਦੇਅਰ ਮੈਂਟਰ, ਦੇਅਰ ਪਾਰਟਨਰ, ਦੇ ਪੁਸ਼ ਦੈਮ. ਸੋ ਅੱਜ ਇੱਕ ਹੋਰ ਅਵਾਰਡ ਅਸੀਂ ਦਿੰਦੇ ਹਾਂ ਐਵਰੀ ਮੰਥ. ਵੀ ਗਿਵ ਅਵਾਰਡ ਟੂ ਦਾ ਪੀਪਲ ਹੂ ਆਰ ਡੂਇੰਗ ਬੈਟਰ, ਐਂਡ ਟੂਡੇ ਵੀ ਹੈਵ ਸੋ ਮੈਨੀ ਪੀਪਲ ਆਰ ਕੰਟੈਂਟਡ ਲਾਈਕ, ਬਟ ਵੀ ਚੂਜ਼ ਓਨਲੀ ਵਨ ਪਰਸਨ ਜਿਸਦਾ ਸਭ ਤੋਂ ਵੱਧ ਰੈਕਰਡ ਹੈਗਾ. ਉਸ ਰੈਕਰਡ ਦੇ ਵਿੱਚ
ਸਭ ਤੋਂ ਪਹਿਲਾ ਨਾਮ ਆਉਂਦਾ ਹੈਗਾ ਬਿਕੋਜ਼ ਲੋਟ ਆਫ ਪੀਪਲ ਗੈਟ ਲਿਸਟਿੰਗਸ ਆਰ ਲੋਟ ਆਫ ਪੀਪਲ ਗੈਟ ਅੰਡਰ ਕੌਂਟਰੈਕਟ ਸਮ ਬਾਇਰ ਇਟ ਗੋਜ਼ ਟੂ ਰੋਹਿਤ ਵਾਹ ਰੋਹਿਤ ਕੰਗ੍ਰੈਚੁਲੇਸ਼ਨਸ ਫਸਟ ਮੋਰ ਔਰ ਸਾਰੇ ਸਾਰੇ ਪੈਸੇ ਇਕੱਠੇ ਕਰਕੇ ਮੇਰੀ ਗੱਡੀ 'ਚ ਪਾ ਦਿਓ ਓਕੇ ਕਮ ਰੋਹਿਤ ਹੇਅਰ ਸੋ ਰੋਹਿਤ ਵਾਜ ਡੂਇੰਗ ਡਿਫਰੈਂਟ ਟੂ ਥਰੀ ਡਿਫਰੈਂਟ ਜੋਬਸ ਵੈਨ ਹੀ ਜੁਆਇਨ ਤੋ ਜਦੋਂ ਮੇਰੇ ਕੋਲ ਆਇਆ ਮੈਂ ਇਹਨੂੰ ਕਿਹਾ ਮੈਂ ਕਿਹਾ ਰੋਹਿਤ ਵਟ ਇਜ਼ ਯੂਅਰ ਏਮ ਕਹਿੰਦਾ ਮੈਂ ਕੰਮ ਸਿੱਖਣਾ ਮੈਂ ਕਿਹਾ ਓਕੇ ਬਟ ਆਈ ਨੀਡ ਐਟ ਲੀਸਟ ਯੂਅਰ 40 ਆਵਰ ਏ ਵੀਕ ਰਾਈਟ ਸੋ ਦਿਸ month only he was here every day in the office which is very good and he was very good follow up with the people he got one listing with the help of Rahul Jaggi who is his team leader oh he is busy right now because bande kam kar rahe ne te us to baad ik toda under contract pehla ho gaya kinni der to tusi mere na kam kar rahe ho I didn't finish my third month yet so 3 mahine de vich agar banda Or how many buyer broker you signed? Six. Oh, really? Yeah, I don't Six remember. buyer broker. So ਸਾਰੇ ਨੂੰ ਹਜੇ ਤੱਕ ਉਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਮੇਰੇ ਉੱਤੇ ਡਾਲਰਾਂ ਦਾ ਮੀਂਹ ਪੈ ਗਿਆ ਮੈਂ ਸਮਝ ਹੀ ਨਹੀਂ ਆ ਰਿਹਾ So two listings in first 3 months. But ਮੈਂ ਤੈਨੂੰ ਇਹ ਚੀਜ਼ ਮੈਸੇਜ ਦੇਣਾ ਚਾਹੁੰਦਾ ਡੋਂਟ ਬੀ ਦਿਮਾਗ ਖਰਾਬ ਨਹੀਂ ਕਰਨਾ ਇਹ ਤਿੰਨ ਇੱਥੇ ਮੇਰੇ ਕੋਲ ਕਈ ਬੰਦੇ ਹੈਗੇ ਨੇ ਪਹਿਲੇ ਦੋ ਤਿੰਨ ਮਹੀਨੇ 3-4-5 ਲਿਸਟਿੰਗਾਂ ਆ ਗਈਆਂ ਫਿਰ ਉਹ ਸੁਪਰ ਸਟਾਰ ਸਮਝਣ ਲੱਗੇ ਫਿਰ ਡਾਊਨ ਹੋ ਗਏ So you put in your mind, always be learning, ABL. Definitely. ਮੇਰਾ ਜੋ ਹੈ ABR, always be recruiting, and ABT, always be training. ਸਾਡੀ ਪੰਜਾਬੀ ਜੇ ਕਹਿੰਦੇ ਆਓ ਭਗਤੋਂ ਲੱਗ ਜਾਓ. So you have to be learning. I want to give you very good round of applause. Good job, and keep it up the good work. Thank you very much. Thank you so much, ਜਿਹੜੀ team ਹੈ ਕਿ yes, we have another agent. Please we have another award right. which we give to the people who has most impact in the team. So is de vich vi sade kol 3-4 bande contender si the best award go to Herman Wirk. Wow. Herman nu award mile Herman chak lena ki nahi? Okay. ਹਰਮਨ ਦੇ ਵੀਰ ਜਿੰਨਾ ਤੇ ਹੈਵਰ ਹੈ ਥੈਂਕ ਯੂ ਸੋ ਮਚ ਥੈਂਕ ਯੂ ਰਾਜੀ ਆਫ ਕੋਰਸ ਰਾਹੁਲ ਜਿਮੀ ਐਂਡ ਐਵਰੀਵਨ ਇਨ ਦ ਟੀਮ ਆਈ ਵੁੱਡ ਲਵ ਟੂ ਸੀ ਯੂ ਗਾਈਜ਼ ਗਰੋਇੰਗ ਐਂਡ ਆਈ ਐਮ ਆਲਵੇਜ਼ ਹੇਅਰ ਟੂ ਹੈਲਪ ਯੂ ਸੋ ਥੈਂਕ ਯੂ ਹਰਮਨ ਇਜ਼ ਦਾ ਗਰਲ ਇਫ ਕਿਸੇ ਨੂੰ ਕੋਈ ਵੀ ਕੁਐਸਚਨ ਹੁੰਦਾ ਹੈ ਉਹ ਹਰਮਨ ਕੈਨ ਯੂ ਹੈਲਪ ਮੀ ਐਂਡ ਸ਼ੀ ਇਜ਼ ਦਾ ਗਰਲ ਸ਼ੀ ਨੈਵਰ ਸੇ ਨੋ ਟੂ ਐਨੀਵਨ So I love you guys. ਤੇ ਨਾਂ ਦੇ ਵਿੱਚ ਹੀ ਤੁਹਾਡੇ ਨਾਂ ਦੇ ਵਿੱਚ ਹੀ ਮੈਂ ਕਹਿੰਦਾ ਗੱਲ ਹੀ ਖਤਮ ਹੋ ਜਾਂਦੀ ਹੈ ਹਰ ਕਿਸੇ ਦਾ ਮਨ ਜਿੱਤਣ ਵਾਲੇ ਹਰਮਨ ਸੋ ਜਿਨ੍ਹਾਂ ਦਾ ਮੋਸਟ ਕੀ ਇੰਪੈਕਟ ਪਿਆ ਇਹਨਾਂ ਦਾ ਮੋਸਟ ਇੰਪੈਕਟ ਅਵਾਰਡ ਚੱਕ ਕੇ ਦਿਖਾਓ ਜਰਾ ਲਓ ਜੀ ਚੱਕਦਾ ਜੀ ਲੈ ਵੇ ਹਰਮਨ ਜੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਐਂਡ ਹਾਉ ਯੋਰ ਲਾਈਫ ਇਜ਼ ਚੇਂਜ ਵਰਕਿੰਗ ਅੰਡਰ ਟੀਮ ਰਾਜ ਜੱਗੀ ਵੈਲ ਆਈ ਐਮ ਐਨ ਅਟਾਰਨੀ ਫਰਮ ਇੰਡੀਆ ਅਟਾਰਨੀ ਵਾਓ ਸੋ ਵੈਨ ਆਈ ਕੇਮ ਹੇਅਰ ਆਈ ਜੁਆਇਨਡ ਰਾਜੀ and it's actually a good field and I'm looking forward to work as an agent hopefully thank you we can introduce other agent yes other agent William Brown come William Mr. Brown how is your experience so far working with team Raj Jaggi and working with the most powerful team here in Long Island it's a wonderful experience I've been with Raj 7 years he's a friend a brother he's helped me through a lot of learning about real estate I learned more from Raj on real estate than anyone else. The team is a great team. Jimmy, Rahul, the back office, Herman, Hershey, everybody is so helpful, so wonderful. When I come into this office, it's a comfortable feeling. I like to be here. Everybody is friendly, helpful, and I wouldn't be anywhere else. When I say it's a most powerful team, do you think it's a most powerful team? I know you will be honest to me. No stopping us. Right? We are very powerful. We are something to be reckoned with. Absolutely. Okay. I will definitely want to call Jimmy for sure because everyone is saying Jimmy and I would love to know his experience, what he was doing before, now how he is also making an impact in the team. Jimmy, how are you? I'm good.
ਸੋ ਤੁਸੀਂ ਵੇਖ ਸਕਦੇ ਹੋ ਜਿਮੀ ਜਿਮੀ ਨੂੰ ਹਮੇਸ਼ਾ ਤੁਸੀਂ ਸਮਾਈਲ ਕਰਦੇ ਹੋ ਵੇਖ ਸਕਦੇ ਹੋ ਹੀ ਆਲਸੋ ਆ ਗੁੱਡ ਮੈਰਾਥਨ ਹੀ ਯੂ ਨੋ ਆਲਸੋ ਆ ਗੁੱਡ ਰਨਰ ਹੀ ਰਨਸ ਫੋਰ ਸੋ ਮੈਨੀ ਮੈਰਾਥਨਸ ਬਿਫੋਰ ਬਟ ਆਲਵੇਜ ਸਮਾਈਲ ਔਨ ਦਾ ਫੇਸ ਐਜ਼ ਅ ਟੀਮ ਮੈਨੇਜਰ ਹਾਊ ਹੀ ਇਜ਼ ਮੈਨੇਜਿੰਗ ਦਾ ਟੀਮ ਐਂਡ ਹਾਊ ਯੂ ਆਰ ਲਾਈਕਿੰਗ ਵਰਕਿੰਗ ਅੰਡਰ ਟੀਮ ਰਾਜ ਜੱਗੀ ਐਂਡ ਆਫਕੋਰਸ ਰਾਜ ਜੱਗੀ ਵਾਓ First of all, I worked in the city for 19 years. I stopped working for a few years. I was done working. My investment was doing well. Until one day I met him. And How you met him? From an open house. I was buying investment property and I walk in as an agent over here. He's different than anyone else, not pushy and all the good things. And then I was watching him for I think like good 20 minutes. He's doing his open house, still standing there watching him. And I really like his character. And then very next month, he finally found a house. I'm a realtor myself. I couldn't get into the house and he'd help me. And from then on, I know he's the guy. Even I have a license for many, many years. So I bought all my investment property from him, from a client, from a customer, to become friends and to become business partner. And he brought me in. He said, you know what? Tim's growing so big. He's very busy training, doing sales. And I'm helping him in the back end. I think he's honest. Whomsoever wear a tie, they never lie. So he's speaking his experience. And I will definitely also call Jay Sharma ji with us. And as a business entrepreneur, now he's working for Team Raj Jaggi. How's your experience so far? We are watching you on social media accounts. Every month you are doing something, you are closing a house, but you're not giving me a party. Party is always yours. And thanks my friend Raj. And yes, I learned a lot. I joined this company a little over than a year. And I have already 10 closings and I have like a 5 or 6 more transactions going on. And yes, I'm learning a lot. I tried a couple of big brokers, but never learned anything. So that's how I joined him, and yes. So, ਕਈ ਸਾਰੇ ਹੋਰ ਬ੍ਰੋਕਰਸ ਨੇ ਲੌਂਗ ਆਈਲੈਂਡ ਦੇ ਵਿੱਚ ਜਿਨ੍ਹਾਂ ਨਾਲ ਇਹ ਟੀਮ ਪਹਿਲਾਂ ਕਈ ਸਾਰੇ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਮੈਕਸੀਮਮ ਕੰਮ ਕਰਕੇ ਆ ਚੁੱਕੇ ਨੇ ਪਰ ਉਹਨਾਂ ਨੇ ਜਦ 516-548-3020 ਨੰਬਰ ਮਿਲਾਇਆ ਰਾਜ ਜੱਗੀ ਜੀ ਨਾਲ ਰਾਬਤਾ ਕਰਾਇਆ ਅਤੇ ਉਹਨਾਂ ਨੇ ਆਪਣੇ ਆਪ ਨੂੰ ਹੋਰ ਅੱਗੇ ਚਮਕਾਇਆ ਔਰ ਰਾਜ ਜੱਗੀ ਦੀ ਟੀਮ ਦੇ ਵਿੱਚ ਘਰ ਕੰਮ ਕਰਕੇ ਘਰ ਵੀ ਵਿਕਵਾਇਆ ਔਰ ਘਰ ਜਿਹੜਾ ਹੈਗਾ ਬਾਏ ਵੀ ਕਰਵਾਇਆ ਕੀ ਕਰਦੇ ਸੀ ਇਸ ਤੋਂ ਪਹਿਲਾਂ I was in slum services all over, but finally I find my success to grow in this business, and I'm glad to join. ਹਰ ਕਿਸੇ ਦਾ ਐਕਸਪੀਰੀਅੰਸ ਹੁੰਦਾ ਜੇਕਰ ਤੁਸੀਂ ਵੀ ਆਪਣੀ ਜੋਬ ਤੋਂ ਪਰੇਸ਼ਾਨ ਹੋ ਤੁਸੀਂ ਵੀ ਤੁਹਾਨੂੰ ਵੀ ਲੱਗਦਾ ਕਿ ਦਿਸ ਕਰੀਅਰ ਇਜ਼ ਨੋਟ ਫੋਰ ਮੀ ਐਂਡ ਯੂ ਵਾਂਟ ਟੂ ਚੇਂਜ ਯੋਰ ਕਰੀਅਰ ਯੂ ਵਾਂਟ ਟ੍ਰਾਂਸਫਾਰਮ ਯੋਰ ਸੈਲਫ ਇਨ ਅੰਡਰ ਦਿਸ ਕਰੀਅਰ ਐਜ਼ ਅ ਰੀਅਲ ਇਸਟੇਟ ਪ੍ਰੋਫੈਸ਼ਨਲ ਯੂ ਕੈਨ ਕਾਲ 516-548-3020 ਔਰ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਜਿਹੜਾ ਹੈਗਾ ਇਸ ਟੀਮ ਦਾ ਹਿੱਸਾ ਬਣ ਸਕਦੇ ਹੋ ਵਟਸ ਯੂਰ ਨੇਮ ਨਿਕਿਤਾ ਵਾਟ ਯੂ ਹੈਵ ਟੂ ਸੇ ਫੋਰ ਟੀਮ ਰਾਜ ਜੱਗੀ ਇਟਸ ਅ ਵੰਡਰਫੁਲ ਟੀਮ ਆਈ ਲਵ ਵਰਕਿੰਗ ਹੇਅਰ ਐਵਰੀਬਡੀ ਇਜ਼ ਰੀਅਲੀ ਨਾਈਸ ਹੈਲਪਫੁਲ ਲਵਿੰਗ ਵਾਟ ਯੂ ਯੂਸ ਟੂ ਡੂ ਬਿਫੋਰ ਆਈ ਯੂਸ ਟੂ ਹੈਲਪ ਮਾਈ ਹਸਬੈਂਡ ਇਨ ਰੀਅਲ retail. We had sneaker stores in Queens. So open to close, it was draining the life out of me. I needed a new change and something that was mine, that I could call that this is mine. Yeah. So Team Raj Jaggi is the best. Wow, Team Raj Jaggi is the best and you are making a change, sir. We'd love to have you with us. What's your name? I'm Vic Kacharya, Sasekal ji. I was a combat medic in the army. I've been in the healthcare field for over 10 years. I got tired of seeing people sad, so I wanted to make people happy, so I joined Team Raj Jaggi. Raji, I bought my house from in 2017, so I didn't want to work for anyone else. Hey guys, Rahul here with Team Raj Jaggi. Today, I'm here today for a very special occasion. We're here today with John Thiessen from John Thiessen's Children Foundation. And us at Team Raj Jaggi, what we've done is we've pledged that any referral we get, we're donating a certain chunk towards John Thiessen's Children Foundation. Any closing we get, we're donating a certain chunk towards them. Today's ceremony is towards this month's donation. Well, I have to say first, I'm honored to be a part of your team. You guys are just incredible. The team reached out to me. There are so many charities out there, and you guys did your research because you really wanted, what impressed me the most is, you came to me and you said you really want to make an impact in the community that you guys work. Yes. And you guys are so successful. I see your signs everywhere and I see you everywhere selling. And what you're doing is, and people should know this, that you're giving back to the communities where you're working. And I'm honored to be part of it. So thank you very much for John. So thank you very much for my team. Thank you very much the buyer, seller, and my family who support me. Because of you, I'm here. So what is that? Give back to community. So we are giving a lot of different charity, but the way when I saw his work, especially for the small kids, I
cannot think about, like, you know, what he's doing. And I'm blessed to have, he's here. So we are pledging every referral, whatever you are giving, we will give donation from your side, not from my side. This donation is from me. This is from my buyer. Thank you. And my seller and people who give me business every day. Yes. So this is the pledge from me as a team leader, team founder. So we will continue give that, and you guys are supporting us, and you should support this call. ਜੇਕਰ ਤੁਸੀਂ ਵੀ ਟੀਮ ਰਾਜਗੀ ਦਾ ਹਿੱਸਾ ਬਣਨਾ ਚਾਹੁੰਦੇ ਹੋ ਔਰ ਆ ਜਿਹੜੀ ਮੀਂਹ ਦੀ ਵਰਖਾ ਤੁਸੀਂ ਆਪਣੇ ਉੱਤੇ ਕਰਨਾ ਚਾਹੁੰਦੇ ਹੋ ਤਾਂ 516-548-3020 'ਤੇ ਕਾਲ ਕਰੋ, ਟੀਮ ਦਾ ਹਿੱਸਾ ਬਣੋ। ਦੂਜੀਆਂ ਕੰਪਨੀਆਂ ਫਾਇਰ ਕਰ ਰਹੀਆਂ ਨੇ, ਆਹ ਜਿਹੜੇ ਭਾਈ ਸਾਹਿਬ ਨੇ ਇਹ ਹਾਇਰ ਕਰ ਰਹੇ ਨੇ ਔਰ 516-548-3020 'ਤੇ ਤੁਹਾਡੀ ਕਾਲ ਦੀ ਉਡੀਕ ਕਰ ਰਹੇ ਨੇ। ਮਿਲਾਂਗੇ ਨੈਕਸਟ ਫਰਾਈਡੇ, ਟਿਲ ਦਾ ਟਾਈਮ ਜਿਉਂਦੇ ਰਹੋ, ਵਸਦੇ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਮਾਪਿਆਂ ਨੂੰ ਖੁਸ਼ ਰੱਖੋ, ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ੍ਰੀ ਅਕਾਲ।